ਸਤਿ ਸ਼੍ਰੀ ਅਕਾਲ। ਪੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ। ਅੱਜ ਤੁਹਾਡੇ ਸਾਹਮਣੇ ਬਲਾਚੌਰ ਸ਼ਹਿਰ ਦੀ ਖਬਰ ਸਾਂਝੀ ਕਰਨ ਜਾ ਰਹੇ ਹਾਂ। ਦੱਸ ਦਈਏ ਕਿ ਥਾਣਾ ਸਿਟੀ ਬਲਾਚੌਰ ਦੀ ਪੁਲਿਸ ਨੇ SSP ਡਾਕਟਰ ਮਹਿਤਾਬ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ DSP ਸ਼ਾਮ ਸੁੰਦਰ ਸ਼ਰਮਾ ਦੀ ਅਗਵਾਈ ਹੇਠ ਮੁੱਖ ਥਾਣਾ ਅਫਸਰ ਥਾਣਾ ਸਿਟੀ ਬਲਾਚੌਰ ਸਬ ਇੰਸਪੈਕਟਰ ਸਤਨਾਮ ਸਿੰਘ ਨੇ ASI ਲਖਵੀਰ ਸਿੰਘ ਦੀ ਮਦਦ ਨਾਲ ਨਸ਼ਿਆਂ ਦੇ ਖਿਲਾਫ਼ ਕਾਰਵਾਈ ਕਰਦੇ ਹੋਏ ਇੱਕ ਨੂੰ 5 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਜਿਸ ਦੀ ਜਾਣਕਾਰੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ DSP ਸ਼ਾਮ ਸੁੰਦਰ ਸ਼ਰਮਾ ਵੱਲੋਂ ਦਿੱਤੀ ਗਈ ਅਤੇ ਉਹਨਾਂ ਕਿਹਾ ਕਿ ਜਦੋਂ ਪੁਲਿਸ ਪਾਰਟੀ ਭੁਲੇਖਾ ਚੌਂਕ ਬਲਾਚੌਰ ਵਿਖੇ ਮੌਜੂਦ ਸੀ ਤਾਂ ਉਹਨਾਂ ਨੇ ਸਾਹਮਣੇ ਤੋਂ ਆ ਰਹੇ ਵਿਅਕਤੀ ਦੀ ਜਦੋਂ ਤਲਾਸ਼ੀ ਲਈ ਤਾਂ ਉਸਦੇ ਕੋਲੋਂ 5 ਗ੍ਰਾਮ ਹੈਰੋਇਨ ਬਰਾਮਦ ਹੋਈ ਅਤੇ ਉਹਨਾਂ ਨੇ ਜਦੋਂ ਮੁਲਜ਼ਮ ਦਾ ਨਾਮ ਪੁੱਛਿਆ ਤਾਂ ਉਸਨੇ ਆਪਣਾ ਨਾਮ ਰੁਪਿੰਦਰ ਸਿੰਘ ਦੱਸਿਆ ਅਤੇ DSP ਮੁਤਾਬਿਕ ਇਸ ਤੋਂ ਪੁੱਛਗਿੱਛ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਤੋਂ ਪਹਿਲਾਂ ਵੀ NDPS ਐਕਟ ਅਧੀਨ ਮਾਮਲਾ ਦਰਜ ਸੀ। ਪੁਲਿਸ ਨੇ ਉਕਤ ਮੁਲਜ਼ਮ ਨੂੰ ਕਾਬੂ ਕਰਕੇ NDPS ਐਕਟ ਅਧੀਨ ਮਾਮਲਾ ਦਰਜ ਕੀਤਾ ਹੈ। ਦਿਖਾਉਂਦਿਆਂ ਤੁਹਾਨੂੰ ਮੌਕੇ 'ਤੇ ਹੋਈ ਪੂਰੀ ਗੱਲਬਾਤ। ਡਾਕਟਰ ਮਹਿਤਾਬ ਸਿੰਘ IPS SSP SBS ਨਗਰ ਸਾਹਿਬ ਦੀ ਦਿਸ਼ਾ ਨਿਰਦੇਸ਼ਾਂ ਅਤੇ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਇਸ ਜ਼ਿਲ੍ਹਾ ਦੇ ਵਿੱਚ ਜਿਹੜੀ ਨਸ਼ੇ ਦੇ ਖਿਲਾਫ਼ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦੇ ਖਿਲਾਫ਼ ਅਸੀਂ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਮੀਟਿੰਗਾਂ ਵੀ ਕਰ ਰਹੇ ਹਾਂ ਅਤੇ ਇਹਦੇ ਨਾਲ ਦੀ ਨਾਲ ਜਿਹੜੇ ਮਾੜੇ ਅਨਸਰ ਹੈ ਅਤੇ ਉਹਨਾਂ ਨੂੰ ਅਸੀਂ ਇਨਫੋਰਮੇਸ਼ਨ ਕੁਲੈਕਟ ਕਰਕੇ ਗ੍ਰਿਫਤਾਰ ਵੀ ਕਰ ਰਹੇ ਹਾਂ। ਉਸੇ ਦੀ ਲੜੀ ਦੇ ਵਿੱਚ ਅੱਜ ਇੱਕ ਦੋਸ਼ੀ ਹੈਗਾ ਰੁਪਿੰਦਰ ਸਿੰਘ, ਇਹਨੂੰ 5 ਗ੍ਰਾਮ ਜਿਹੜਾ ਹੀਰੋਇਨ ਦੇ ਨਾਲ ਸਿਟੀ ਅਤੇ AC ਲਖਵੀਰ ਸਿੰਘ ਨੇ ਗ੍ਰਿਫਤਾਰ ਕੀਤਾ ਅਤੇ ਪੇਸ਼ ਅਦਾਲਤ ਕਰਕੇ ਇਹਦਾ ਰਿਮਾਂਡ ਲਿਖਿਆ। ਇਹਦੇ ਇਹ ਤਾਂ ਇੱਕ ਮੁਕੱਦਮਾ ਹੈਗਾ ਨਵੇਂ ਸ਼ਹਿਰ ਦਾ ਪਹਿਲਾਂ ਵੀ, ਉਹ ਵੀ ਹੀਰੋਇਨ ਦਾ ਹੀ ਹੈ। ਨਹੀਂ, ਅਸੀਂ ਤਾਂ ਇਸ ਸੰਬੰਧ ਦੇ ਵਿੱਚ ਮੇਰੇ ਸਾਰੇ SHOs ਅਤੇ ਮੈਂ ਵੀ ਮੀਟਿੰਗਾਂ ਕਰਦੇ ਹਾਂ। ਅਸੀਂ ਪਿੰਡ ਪਿੰਡ ਜਾ ਕੇ ਇਹਦੇ ਜਿਹੜੇ ਹੈਗੇ ਨੇ ਜਵਾਨੀ ਨੂੰ ਮਤਲਬ ਸਭ ਤੋਂ ਵੱਧ ਜਿਹੜਾ ਖਤਰਾ ਹੈ ਉਹ ਤਾਂ ਹੈ ਹੀ ਨਸ਼ਿਆਂ ਤੋਂ ਹੈ, ਇਸ ਕਰਕੇ ਅਸੀਂ ਮਤਲਬ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਦੇ ਹਾਂ। ਆਪਦੇ ਮਾਧਿਅਮ ਰਾਮ ਰਾਹੀਂ ਵੀ ਅਸੀਂ ਇਹੀ ਦੱਸਣਾ ਚਾਹੁੰਦੇ ਹਾਂ ਵੀ ਨਸ਼ਿਆਂ ਤੋਂ ਜਿੰਨਾ ਹੋ ਸਕਦਾ ਬਚ ਕੇ ਰਹੋ ਅਤੇ ਜਿਹੜੇ ਇਸ ਦਾ ਵਪਾਰ ਕਰ ਰਹੇ ਹੈ ਉਹਦੀ ਸਾਨੂੰ ਇਤਲਾਹ ਦਿਓ, ਨਾ ਉਹ ਗੁਪਤ ਰੱਖਿਆ ਜਾਊਗਾ ਅਤੇ ਜਿੰਨੀ ਛੇਤੀ ਹੋ ਸਕੇ ਅਸੀਂ ਆਪਣੇ ਇਲਾਕੇ ਨੂੰ ਨਸ਼ਾ ਮੁਕਤ ਕਰ ਸਕੀਏ। ਅਸੀਂ ਹੁਣ ਇਹਦਾ ਇੰਟਰੋਗੇਸ਼ਨ ਕਰਾਂਗੇ ਅਤੇ ਪੁੱਛਗਿੱਛ ਤੋਂ ਕਿੱਥੋਂ ਲੰਦਾ ਕਿੱਥੇ ਵੇਚਦਾ ਹੈ ਸਾਰਾ ਪਤਾ ਕਰਾਂਗੇ। ਡਾਕਟਰ ਮਹਿਤਾਬ ਸਿੰਘ IPS SSP SBS ਨਗਰ ਸਾਹਿਬ ਦੀ ਦਿਸ਼ਾ ਨਿਰਦੇਸ਼ਾਂ ਅਤੇ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਇਸ ਜ਼ਿਲ੍ਹਾ ਦੇ ਵਿੱਚ ਜਿਹੜੀ ਨਸ਼ੇ ਦੇ ਖਿਲਾਫ਼ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦੇ ਖਿਲਾਫ਼ ਅਸੀਂ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਮੀਟਿੰਗਾਂ ਵੀ ਕਰ ਰਹੇ ਹਾਂ ਅਤੇ ਇਹਦੇ ਨਾਲ ਦੀ ਨਾਲ ਜਿਹੜੇ ਮਾੜੇ ਅਨਸਰ ਹੈ ਅਤੇ ਉਹਨਾਂ ਨੂੰ ਅਸੀਂ ਇਨਫੋਰਮੇਸ਼ਨ ਕੁਲੈਕਟ ਕਰਕੇ ਗ੍ਰਿਫਤਾਰ ਵੀ ਕਰ ਰਹੇ ਹਾਂ। ਉਸੇ ਦੀ ਲੜੀ ਦੇ ਵਿੱਚ ਅੱਜ ਇੱਕ ਦੋਸ਼ੀ ਹੈਗਾ ਰੁਪਿੰਦਰ ਸਿੰਘ, ਇਹਨੂੰ 5 ਗ੍ਰਾਮ ਜਿਹੜਾ ਹੀਰੋਇਨ ਦੇ ਨਾਲ ਸਿਟੀ ਅਤੇ AC ਲਖਵੀਰ ਸਿੰਘ ਨੇ ਗ੍ਰਿਫਤਾਰ ਕੀਤਾ ਅਤੇ ਪੇਸ਼ ਅਦਾਲਤ ਕਰਕੇ ਇਹਦਾ ਰਿਮਾਂਡ ਲਿਖਿਆ। ਇਹਦੇ ਇਹ ਤਾਂ ਇੱਕ ਮੁਕੱਦਮਾ ਹੈਗਾ ਨਵੇਂ ਸ਼ਹਿਰ ਦਾ ਪਹਿਲਾਂ ਵੀ, ਉਹ ਵੀ ਹੀਰੋਇਨ ਦਾ ਹੀ ਹੈ। ਨਹੀਂ, ਅਸੀਂ ਤਾਂ ਇਸ ਸੰਬੰਧ ਦੇ ਵਿੱਚ ਮੇਰੇ ਸਾਰੇ SHOs ਅਤੇ ਮੈਂ ਵੀ ਮੀਟਿੰਗਾਂ ਕਰਦੇ ਹਾਂ। ਅਸੀਂ ਪਿੰਡ ਪਿੰਡ ਜਾ ਕੇ ਇਹਦੇ ਜਿਹੜੇ ਹੈਗੇ ਨੇ ਜਵਾਨੀ ਨੂੰ ਮਤਲਬ ਸਭ ਤੋਂ ਵੱਧ ਜਿਹੜਾ ਖਤਰਾ ਹੈ ਉਹ ਤਾਂ ਹੈ ਹੀ ਨਸ਼ਿਆਂ ਤੋਂ ਹੈ, ਇਸ ਕਰਕੇ ਅਸੀਂ ਮਤਲਬ
ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਦੇ ਹਾਂ। ਆਪਦੇ ਮਾਧਿਅਮ ਨਾਮ ਰਾਹੀਂ ਵੀ ਅਸੀਂ ਇਹੀ ਦੱਸਣਾ ਚਾਹੁੰਦੇ ਹਾਂ ਵੀ ਨਸ਼ਿਆਂ ਤੋਂ ਜਿੰਨਾ ਹੋ ਸਕਦਾ ਬਚ ਕੇ ਰਹੋ, ਅਤੇ ਜਿਹੜੇ ਇਸ ਦਾ ਵਪਾਰ ਕਰ ਰਹੇ ਹੈ ਉਹਦੀ ਸਾਨੂੰ ਇਤਲਾਹ ਦਿਓ, ਨਾ ਉਹ ਗੁਪਤ ਰੱਖਿਆ ਜਾਊਗਾ, ਅਤੇ ਜਿੰਨੀ ਛੇਤੀ ਹੋ ਸਕੇ ਅਸੀਂ ਆਪਣੇ ਇਲਾਕੇ ਨੂੰ ਨਸ਼ਾ ਮੁਕਤ ਕਰ ਸਕੀਏ। ਅਸੀਂ ਹੁਣ ਇਹਦਾ ਇੰਟਰੋਗੇਸ਼ਨ ਕਰਾਂਗੇ ਅਤੇ ਪੁੱਛਗਿੱਛ ਤੋਂ ਕਿੱਥੋਂ ਲੈਂਦਾ, ਕਿੱਥੇ ਵੇਚਦਾ ਹੈ, ਸਾਰਾ ਪਤਾ ਕਰਾਂਗੇ।